ਚਲੋ ਜੀ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਸਾਰੇ ਸਰੋਤਿਆਂ ਦਰਸ਼ਕਾਂ ਦਾ ਨਿੱਘਾ ਸਵਾਗਤ ਕਰੀਏ ਅਤੇ ਇਹ ਹੈ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਨਿਊ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ। ਨਿਊ ਸਿਲਵਰ ਸ਼ੋਪ ਜਿਨ੍ਹਾਂ ਦਾ ਟੈਲੀਫੋਨ ਨੰਬਰ 905-7997-6700 ਹੈ, 905-7997-6700, 9057996700। ਅਤੇ ਦਲਜੀਤ ਚੌੜਾ ਹੁਣਾਂ ਨੇ ਖਾਸ ਤੌਰ 'ਤੇ ਸੰਦੇਸ਼ ਦਿੱਤਾ ਜੀ ਵੀ ਰੱਖੜੀ ਦਾ ਜਿਹੜਾ ਤਿਉਹਾਰ 15 ਅਗਸਤ ਨੂੰ ਆ ਰਿਹਾ ਹੈ ਉਹਦੇ ਵਾਸਤੇ ਖਾਸ ਤੌਰ 'ਤੇ ਜੀ ਵੀ ਨਿਊ ਸਿਲਵਰ ਸ਼ੋਪ 'ਤੇ ਖੂਬਸੂਰਤ ਰੱਖੜੀਆਂ ਜਾ ਕੇ ਦੇਖੀਆਂ ਜਾ ਸਕਦੀਆਂ ਨੇ ਖਾਸ ਤੌਰ 'ਤੇ, ਅਤੇ ਚਾਂਦੀ ਦੀਆਂ ਰੱਖੜੀਆਂ ਅਤੇ ਚਾਂਦੀ ਦੇ ਜਿਹੜੇ ਬ੍ਰੇਸਲੈਟ ਅਤੇ ਕੜੇ ਚੂੜੀਆਂ ਇਹਨਾਂ ਦੇ ਕੋਲ ਕਾਫੀ ਨੇ। ਨਿਊ ਸਿਲਵਰ ਸ਼ੋਪ 'ਤੇ ਜਾਇਆ ਜਾ ਸਕਦਾ ਜੋ ਕਿ ਟੋਰਬਰਮ ਰੋਡ 'ਤੇ ਸਟੀਲਸ ਐਵੀਨਿਊ ਦੀ ਨੁੱਕਰ 'ਤੇ ਟਿਮ ਹੋਲਟਨ ਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਨਿਊ ਸਿਲਵਰ ਸ਼ੋਪ ਦਾ ਸ਼ੋਰੂਮ ਖੁੱਲ੍ਹਿਆ ਹੋਇਆ, ਉੱਥੇ ਜਾਇਆ ਜਾ ਸਕਦਾ। 905-7997-6700 ਉਹਨਾਂ ਦਾ ਫੋਨ ਨੰਬਰ ਹੈ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰ ਰਹੇ ਹਾਂ, ਖੁਸ਼ੀ ਲੈ ਰਹੇ ਹਾਂ ਰਾਦਰ ਪੇਸ਼ ਕਰਨ ਦੀ ਕਿ ਓਨਟੈਰੀਓ ਮਾਸਟਰਸ ਅਥਲੈਟਿਕਸ ਆਊਟਡੋਰ ਚੈਂਪੀਅਨਸ਼ਿਪ ਜਿਹੜੀ 22 ਅਤੇ 23 ਜੂਨ ਨੂੰ ਹੋਈ ਸੀ ਉਸ ਸਿਲਸਿਲੇ 'ਚ ਇੱਕ ਮੁਲਾਕਾਤ ਅਸੀਂ ਪੇਸ਼ ਕਰ ਚੁੱਕੇ ਹਾਂ ਔਲਰੇਡੀ। ਦੂਸਰੀ ਮੁਲਾਕਾਤ ਅਸੀਂ ਸਾਡੇ ਕੋਲ ਹੋਰ ਚੈਂਪੀਅਨ ਪਹੁੰਚੇ ਨੇ ਉਹਨਾਂ ਦੇ ਨਾਲ ਪੇਸ਼ ਕਰੀਏ ਪ੍ਰੋਗਰਾਮ ਦੇ ਵਿੱਚ। ਬਹੁਤ ਚਰਚਿਤ ਨੇ ਗੁਰਬਚਨ ਸਿੰਘ ਜੀ ਪੰਨੂ ਜਿਹੜੇ ਕਿ ਚੈਂਪੀਅਨ ਬਣ ਕੇ ਆਏ ਨੇ ਇਸ ਚੈਂਪੀਅਨਸ਼ਿਪ ਦੇ ਵਿੱਚ। ਨਿੱਘਾ ਸਵਾਗਤ ਹੈ ਜੀ ਤੁਹਾਡਾ ਪੰਨੂ ਸਾਹਿਬ। ਬਹੁਤ ਬਹੁਤ ਸੋਲ ਖਾਲਸਾ, ਬਹੁਤ ਬਹੁਤ ਧੰਨਵਾਦ। ਅਤੇ ਇਹਨਾਂ ਦੇ ਨਾਲ ਹੀ ਜੀ ਸ਼ੁਕਰੀਆ ਪੰਨੂ ਸਾਹਿਬ ਜੀ ਆਏ ਨੂੰ ਤੁਹਾਨੂੰ, ਅਤੇ ਇਹਨਾਂ ਦੇ ਨਾਲ ਹੀ ਚੈਂਪੀਅਨ ਬਣ ਕੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਸਰਦਾਰ ਸਿੰਘ ਜੀ ਮੱਕੜ। ਸਰਦਾਰ ਸਾਹਿਬ ਤੁਹਾਡਾ ਵੀ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ ਜੋਹਨ ਸਾਹਿਬ, ਬਹੁਤ ਮਿਹਰਬਾਨੀ ਜੀ। ਅਤੇ ਇਹਨਾਂ ਦੋਨਾਂ ਹੀ ਸ਼ਖਸੀਅਤਾਂ ਦੀ ਰਹਿਨਮਾਈ ਕੀਤੀ ਇਸ ਚੈਂਪੀਅਨਸ਼ਿਪ ਦੇ ਵਿੱਚ ਹਰਪਾਲ ਸਿੰਘ ਜੀ ਸ਼ੀਨਾ ਹੋਣਾ ਨੇ, ਹਾਜ਼ਰ ਨੇ ਅੱਜ ਪ੍ਰੋਗਰਾਮ 'ਚ। ਸ਼ੀਨਾ ਸਾਹਿਬ ਨਿੱਘਾ ਸਵਾਗਤ ਹੈ ਜੀ ਤੁਹਾਡਾ ਵੀ ਜੀ ਆਇਆਂ ਨੂੰ। ਜੀ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਜੋਹਨ ਸਾਹਿਬ। ਹਾਂਜੀ, ਪੰਨੂ ਸਾਹਿਬ ਦਾ ਬਹੁਤ ਧੰਨਵਾਦ ਹੈ, ਔਰ ਸੁਰਸਾਗਰ ਟੀਵੀ ਔਰ ਰੇਡੀਓ ਦਾ ਕਾਫੀ ਅਸੀਂ ਦੇਣਦਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਸਾਰੀ ਕਮਿਊਨਿਟੀ ਦੇ ਰੂਬਰੂ ਕਰਾਇਆ ਔਰ ਇਹਨਾਂ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹਨਾਂ ਨੂੰ ਸ਼ੇਅਰ ਕਰਨ ਦਾ ਮੌਕਾ ਦਿੱਤਾ, ਔਰ ਉਹਦੇ ਤੋਂ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਮੁਲਾਕਾਤ ਹੈ ਇਹਦੇ ਨਾਲ ਹੋਰ ਲੋਕ ਵੀ ਜਿਹੜੇ ਆ ਉਤਸ਼ਾਹਿਤ ਹੋਣਗੇ ਔਰ ਸਾਡੀ ਕਮਿਊਨਿਟੀ ਜਿਹੜੀ ਆ ਜ਼ਿਆਦਾ ਪਾਰਟੀਸਪੇਸ਼ਨ ਕਰਕੇ ਵੱਧ ਤੋਂ ਵੱਧ ਮੈਡਲ ਲਿਆਵੇਗੀ। ਠੀਕ ਹੈ ਜੀ, ਬਹੁਤ ਅੱਛਾ। ਔਰ ਗੁਰਬਚਨ ਸਿੰਘ ਜੀ ਪੰਨੂ ਸਾਡੇ ਦਰਸ਼ਕ ਟੈਲੀਵਿਜ਼ਨ ਦੇ ਇਹਨਾਂ ਦੇ ਗਲੇ ਦੇ ਵਿੱਚ ਪਾਏ ਹੋਏ ਗੋਲਡ ਅਤੇ ਸਿਲਵਰ ਮੈਡਲ ਦੇਖ ਰਹੇ ਨੇ, ਚੈਂਪੀਅਨ ਤੁਸੀਂ ਬਣੇ ਹੋ ਜੀ, ਦੱਸੋ ਕਿਹੜੀ ਕਿਹੜੀ ਚੈਂਪੀਅਨਸ਼ਿਪ? ਮੈਂ ਜੀ ਵੇਟ ਥਰੋ 'ਚ ਚੈਂਪੀਅਨ ਬਣਿਆ। ਹਾਂਜੀ, ਅਤੇ ਟ੍ਰਿਪਲ ਜੰਪ 'ਚ ਸੈਕਿੰਡ ਅਤੇ 1500 ਮੀਟਰ 'ਚ ਵੀ ਸੈਕਿੰਡ ਰਿਹਾ। ਅੱਛਾ ਜੀ, ਹਾਂਜੀ। ਇਹ ਤੁਹਾਡੀ ਕਿੰਨੀ ਕੁ ਪ੍ਰੈਕਟਿਸ ਹੈ ਜੀ ਇਹਨਾਂ ਸਾਰੀਆਂ ਗੇਮਾਂ 'ਚ? ਪ੍ਰੈਕਟਿਸ ਜੀ ਤਕਰੀਬਨ ਮੈਂ 2 ਕੁ ਮਹੀਨੇ ਜੋ ਅਗਲੀ ਵਾਰ ਹੋਈ 8ਵੇਂ ਮਹੀਨੇ 'ਚ ਐਤ ਕੀ ਪਹਿਲਾਂ ਹੋ ਗਈ, ਜੂਨ 'ਚ ਹੋ ਗਈ ਐਤ ਕੀ ਬਾਈ, ਜੂਨ 'ਚ ਹੋ ਗਈ। ਦੇਖਿਆ ਮੈਂ 2 ਕੁ ਮਹੀਨੇ ਕਰਨੀ ਪਈ ਪ੍ਰੈਕਟਿਸ, ਪਹਿਲਾਂ ਇੰਡੀਆ ਤੋਂ ਆਇਆ ਸੀ ਨਾ। ਪ੍ਰੈਕਟਿਸ ਕਿੱਥੇ ਕਰਦੇ ਹੋ ਤੁਸੀਂ? ਅਸੀਂ ਚੁੰਗੂ ਜੀ ਪਾਰਕ ਹੋਏ ਅਤੇ ਚੁੰਗੂ ਜੀ ਪਾਰਕ ਹੈਗੀ ਇੱਕ ਟਰੈਕ ਬਣਿਆ, ਉੱਥੇ ਕਰਦਾ ਜਾਣ ਲੱਗ ਗਏ, ਫਿਰ ਮੁੜ ਕੇ ਕਰਕੇ ਫਿਰ ਜਿੰਮ ਜਾਣਾ। ਤਕਰੀਬਨ ਮੈਂ 1.5 ਘੰਟਾ ਜਿੰਮ ਚਲਾਉਣਾ ਰੋਜ਼, 1.5 ਘੰਟਾ ਰੋਜ਼, ਹਫ਼ਤੇ ਦੇ 7 ਦਿਨ ਹੈ ਜੀ। 7 ਦਿਨ। ਅੱਛਾ, ਕਿੰਨੇ ਕੁ ਵਜੇ ਸਵੇਰੇ ਉੱਠ ਪੈਂਦੇ ਹੋ? ਮੈਂ ਸਵੇਰੇ 4-4:30 ਅੰਮ੍ਰਿਤ ਵੇਲਾ ਸੰਭਾਲ ਲੈਂਦੇ ਹੋ? ਹਾਂਜੀ। ਠੀਕ ਹੈ ਜੀ। ਚਲੋ ਕੋਈ ਖਾ ਪੀ ਕੇ ਦੱਸਿਆ ਨਾ ਕੋਚਾਂ ਨੇ ਵੀ ਰਾਤ ਦੀ ਰੋਟੀ 6-7-8 ਵਜੇ ਖਾਧੀ ਹੁੰਦੀ, 7 ਵਜੇ। ਹਾਂਜੀ, ਅਤੇ ਸਵੇਰੇ ਕਰਨ ਦਾ ਉਹ ਕੱਖ ਨਹੀਂ ਹੋਣਾ, ਸਵੇਰੇ ਖਾਓ ਕੁਛ ਚੰਗਾ, ਹਲਦੀ ਖਾਈ। ਹਾਂਜੀ, ਹਲਦੀ ਖਾ ਕੇ ਸਵਾਦ 4 ਵਜੇ ਫਿਰ ਪਾਠ ਪੂਜਾ, 1 ਘੰਟਾ ਲਾਈਦਾ। ਠੀਕ ਹੈ ਜੀ। ਫਿਰ ਮਤਲਬ 1.5 ਘੰਟਾ ਪਹਿਲਾਂ ਇਸ ਕਰ ਤੋਂ ਫਿਰ ਉੱਥੇ 7 ਵਜੇ ਉੱਥੇ ਚਲੇ ਜਾਣਾ, 6:30-7 ਵਜੇ। ਓਕੇ, ਅੱਛਾ। ਅਤੇ ਮੀਂਹ ਜਾਵੇ ਹਨੇਰੀ ਜਾਵੇ ਤੁਸੀਂ ਇਹ ਕੰਮ ਕਰਨਾ ਹੀ ਕਰਨਾ। ਠੀਕ ਹੈ, ਜਿੰਨਾ ਚਿਰ ਇੰਡੀਆ ਰਹਿਣਾ ਅਤੇ ਉੱਥੇ ਜਾ ਭੁੱਲ ਜਾਂਦੀ ਹੈ, ਜੋ 6 ਵਜੇ ਮੈਂ ਲਾਉਣਾ ਪੰਜਾਬ 'ਚ। ਹਾਂਜੀ, ਅਤੇ 6 ਮਿੰਟ ਇੱਥੇ ਰਹੀਦਾ, ਇੱਥੇ ਫਿਰ ਕਰੀਦਾ ਹੈ ਕੰਮ। ਚਲੋ ਜੀ, ਇਹ ਫਿਰ ਇਹਨਾਂ ਦੀ ਆਪਣੀ ਖੇਡ ਦੇ ਨਾਲ ਲੱਗਣਾ ਹੈ। ਗੁਰਬਚਨ ਸਿੰਘ ਜੀ ਪੰਨੂ, ਉਮਰ ਇਹਨਾਂ ਦੀ 78 ਸਾਲ ਹੈ, 78 ਸਾਲ ਦੀ ਉਮਰ ਦੇ ਵਿੱਚ ਇਹ ਓਨਟੈਰੀਓ ਮਾਸਟਰਸ ਅਥਲੈਟਿਕਸ ਆਊਟਡੋਰ ਚੈਂਪੀਅਨਸ਼ਿਪ ਜਿਹੜੀ ਜੂਨ 22 ਅਤੇ 23 ਨੂੰ ਹੋਈ ਸੀ ਉਸ ਦੇ ਵਿੱਚ ਚੈਂਪੀਅਨ ਬਣੇ। ਕੁਛ ਮੈਡਲ ਸਾਡੇ ਦਰਸ਼ਕ ਇਹਨਾਂ ਦੇ ਗਲੇ 'ਚ ਪਾਏ ਦੇਖ ਰਹੇ ਹੈ, ਕੁਛ ਇਹਨਾਂ ਨੇ ਮੈਡਲ ਸਾਡੇ ਇੱਥੇ ਟੇਬਲ 'ਤੇ ਵੀ ਲਿਆ ਕੇ ਰੱਖੇ ਨੇ, ਕਮਾਲ ਕੀਤੀ ਹੋਈ ਹੈ। ਅਤੇ ਇਸੇ ਤਰ੍ਹਾਂ ਸਰਦਾਰ ਸਿੰਘ ਜੀ ਮੱਕੜ ਜਿਨ੍ਹਾਂ ਦੀ ਉਮਰ 76 ਸਾਲ ਹੈ, ਇਹਨਾਂ ਦੇ ਗਲੇ ਦੇ ਵਿੱਚ ਵੀ ਸਾਡੇ ਦਰਸ਼ਕ ਜਿਹੜੇ ਨੇ ਮੈਡਲਸ ਦਾ ਗੁੱਛਾ ਦੇਖ ਸਕਦੇ ਨੇ। ਸਰਦਾਰ ਸਾਹਿਬ ਤੁਸੀਂ ਦੱਸੋ ਜੀ ਆਪਣੀ ਖੇਡ ਬਾਰੇ, ਆਪਣੀ ਚੈਂਪੀਅਨਸ਼ਿਪ ਬਾਰੇ। ਚੈਂਪੀਅਨਸ਼ਿਪ ਬਾਰੇ ਇੱਦਾਂ ਹੈ ਜੀ, ਮੈਨੂੰ ਸ਼ੌਂਕ ਤਾਂ ਸ਼ੁਰੂ ਤੋਂ ਹੀ ਆ ਜੀ। ਅੱਛਾ ਜੀ। ਤਕਰੀਬਨ ਉਦੋਂ ਮੈਂ 5ਵੀਂ 'ਚ ਪੜ੍ਹਦਾ ਸੀਗਾ, ਜੋ ਕਹੋ ਤਾਂ ਥੋੜ੍ਹੀ ਜਿਹੀ ਬੈਕਗਰਾਊਂਡ। ਜ਼ਰੂਰ ਜ਼ਰੂਰ। ਹਾਂਜੀ, ਅਤੇ 5ਵੀਂ 'ਚ ਮੈਨੂੰ ਯਾਦ ਆ ਜੀ, ਸਾਡੇ 60 ਮੁੰਡੇ ਹੁੰਦੇ ਸੀਗੇ। ਹਾਂਜੀ, ਅਤੇ ਉਹਨਾਂ ਵਿੱਚੋਂ
ਉਦੋਂ ਪੀ ਟੀ ਮਾਸਟਰ ਕਹਿੰਦੇ ਹੁੰਦੇ ਸੀ ਆਮ ਤੌਰ 'ਤੇ ਜਿਹੜੇ ਕਰਾਉਂਦੇ ਗੇਮਾਂ ਜੀ, ਅਤੇ ਉਹ ਜਦੋਂ ਉਹਨਾਂ ਨੇ ਸਾਰੀ ਕਲਾਸ ਪੂਰੀ ਦੀ ਪੂਰੀ ਦੌੜਾਈ ਜੀ ਅਤੇ ਮੈਂ ਨੰਬਰ ਇੱਕ 'ਤੇ ਆਇਆ। ਅੱਛਾ, ਫਸਟ ਆਇਆ ਉਹ। ਅਤੇ ਮੈਨੂੰ ਉਹ ਤਕਰੀਬਨ ਸੰਨ 55 ਦੀ ਗੱਲ ਹੈ ਜੀ, ਇੱਕ ਆਨਾ ਦਿੱਤਾ, ਉਦੋਂ ਆਨੇ ਚੱਲਦੇ ਹੁੰਦੇ ਸੀ ਜੀ, ਠੀਕ ਹੈ, ਇੱਕ ਆਨਾ ਦਿੱਤਾ ਅਤੇ ਮੈਂ ਬੜੀ ਦੇਰ ਤੱਕ ਉਹ ਸਾਂਭ ਕੇ ਰੱਖਿਆ। ਬਸ ਫਿਰ ਉੱਥੋਂ ਜੋ ਸ਼ੌਂਕ ਪਿਆ, ਫਿਰ ਮੇਰਾ ਖਿਆਲ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਜਿੰਨੀ ਦੇਰ ਤੱਕ ਪੜ੍ਹਦਾ ਰਿਹਾ ਉਹ ਕੋਈ ਨਾ ਕੋਈ ਪੋਜੀਸ਼ਨ ਲੈਂਦਾ ਰਿਹਾ ਜੀ। ਅਤੇ ਆ ਬਾਕੀ ਜਿਹੜੀਆਂ ਹੁਣ ਗੇਮਾਂ ਆ ਉਹ ਫਿਰ ਇੱਥੇ ਆ ਕੇ ਪਹਿਲੀ ਵਾਰੀ ਮੈਂ ਅਲਬਰਟਾ ਕੈਲਗਰੀ 'ਚ ਹੋਈਆਂ ਸੀ ਅਲਬਰਟਾ ਦੀਆਂ ਗੇਮਾਂ ਹਾਂਜੀ, ਅਤੇ ਉੱਥੇ ਵੀ 4 ਮੈਡਲ ਲਏ ਸੀਗੇ, ਜਿਸ 'ਚ 2 ਗੋਲਡ ਸੀਗੇ 2 ਸਿਲਵਰ ਸੀਗੇ। ਠੀਕ ਆ। ਫਿਰ ਪਿਛਲੇ ਸਾਲ ਇੱਥੇ ਹੋਏ ਆ ਜੀ, ਉਦੋਂ ਵੀ 1 ਗੋਲਡ ਸੀਗਾ 2 ਸਿਲਵਰ ਸੀਗੇ ਅਤੇ 1 ਬਰੌਂਜ ਸੀਗਾ। ਐਤਕੀ ਫਿਰ ਪੰਨੂ ਸਾਹਿਬ ਨੇ ਕਿਹਾ ਵੀ ਤੁਸੀਂ ਇੱਕ ਹੋਰ ਗੇਮ ਵਧਾ ਲਓ। ਹਾਂਜੀ। ਤੇ ਮੈਂ ਕਿਹਾ ਚਲੋ ਕਰ ਲੈਂਦੇ ਹਾਂ। ਇਹ ਸਮਾਂ ਮੈਨੂੰ ਜ਼ਿਆਦਾ ਸੌਖੀ ਲੱਗੀ ਆ। ਇਹ ਕਿਹੜੀ ਜੋਲ ਸਾਹਿਬ? ਕਿਹੜੀ? ਟ੍ਰਿਪਲ ਜੰਪ ਸੀ ਜੀ। ਅੱਛਾ ਜੀ। ਤੇ ਲੌਂਗ ਜੰਪ ਤੇ ਮੈਂ ਪਹਿਲਾਂ ਹੀ ਮਾਰਦਾ ਸੀਗਾ। ਤੇ ਇਹ ਕਹਿੰਦੇ ਵੀ ਆਹ ਵੀ ਮਾਰੋ, ਮੈਂ ਮਾਰਿਆ ਸਮਾਂ ਇਹ ਤੇ ਪੂਰਾ ਜਿੱਦਾਂ ਕਹਿੰਦੇ ਨੇ ਖਾੜਾ ਪਾਰ ਕਰਨਾ ਹੁੰਦਾ। ਅੱਛਾ, ਲੌਂਗ ਜੰਪ ਕਿੰਨਾ ਕਾ ਜੀ ਲਾ ਦਿੰਦੇ ਤੁਸੀਂ? ਲੌਂਗ ਜੰਪ ਮੇਰਾ ਸੀ ਜੀ 4 ਮੀਟਰ ਤੇ ਕੁਛ ਪੁਆਇੰਟ ਸੀਗਾ। ਅੱਛਾ ਜੀ, ਠੀਕ। ਤੇ ਟ੍ਰਿਪਲ ਜੰਪ ਸੀਗਾ 6 ਮੀਟਰ, ਇਹ ਵੀ ਕੁਛ ਪੁਆਇੰਟ ਸੀਗਾ। ਬਹੁਤ ਅੱਛੇ। ਕਿੰਨੇ ਕਿ ਸੀਗੇ ਪਾਰਟਿਸਿਪੈਂਟਸ ਜੀ ਉਹਦੇ ਵਿੱਚ? ਅੰਦਾਜ਼ਾ ਪੂਰਾ ਤਾਂ ਨਹੀਂ ਪਤਾ, 5-6 ਹੋਣੇ ਆ। ਅੱਛਾ ਜੀ, ਹਾਂਜੀ। ਤੇ ਆਪਣੇ ਪੰਜਾਬੀ ਵੀ ਸੀਗੇ? ਹੋਰ ਪੰਜਾਬੀ ਇੱਕ ਤੇ ਪੰਨੂ ਸਾਹਿਬ ਵੀ ਸੀਗੇ। ਪਰ ਤੁਹਾਡਾ ਆਪਸ ਵਿੱਚ ਤਾਂ ਕੋਈ ਮੁਕਾਬਲਾ ਨਹੀਂ ਸੀ? ਨਹੀਂ। ਹਾਂਜੀ, ਵੱਖ ਵੱਖ ਗੇਮਾਂ ਸੀ ਤੁਹਾਡੀਆਂ। ਅੱਛਾ, ਇੱਦਾਂ ਹੀ। ਫਿਰ ਜੈਵਲਨ ਥਰੋ ਸੀ। ਜੈਵਲਨ ਥਰੋ? ਹਾਂਜੀ, ਉਹ 'ਚ ਵੀ ਮੈਂ ਚੈਂਪੀਅਨ ਰਿਹਾ। ਠੀਕ ਹੈ ਜੀ। ਤਿੰਨਾਂ 'ਚ ਚੈਂਪੀਅਨ ਸੀਗਾ, ਲੌਂਗ ਜੰਪ, ਟ੍ਰਿਪਲ ਜੰਪ ਤੇ ਜੈਵਲਨ ਥਰੋ। ਵੈਰੀ ਗੁੱਡ। ਇਹਨਾਂ 'ਚ ਚੈਂਪੀਅਨ ਰਿਹਾ। ਵੈਸੇ ਛੀਨਾ ਸਾਹਿਬ, ਤੁਸੀਂ ਦੱਸੋ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ ਵੀ ਤੁਸੀਂ ਪ੍ਰੇਰਿਤ ਕਰਕੇ ਇਹਨਾਂ ਅਥਲੀਟਸ ਨੂੰ ਉੱਥੇ ਲੈ ਕੇ ਜਾਣਾ ਜੀ ਚੈਂਪੀਅਨਸ਼ਿਪ 'ਚ? ਇਹ ਇਸ ਤਰ੍ਹਾਂ ਜੀ ਕਿ ਸਾਡੇ ਜਿਹੜੇ ਆਮ ਤੌਰ 'ਤੇ ਸੀਨੀਅਰ ਹੈ ਨਾ, ਉਹਨਾਂ ਨੂੰ ਕੰਪਿਊਟਰ ਦੀ ਜਿਹੜੀ ਨੌਲੇਜ ਆ ਲੈਕਿੰਗ ਆ। ਹਾਂਜੀ, ਠੀਕ ਹੈ ਨਾ ਜੀ। ਅਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਸਮਝੋ ਉੱਥੇ ਅਪਲਾਈ ਕਰਨ ਦੇ ਵਿੱਚ ਜਾਂ ਉਸ ਸਾਰੀ ਚੀਜ਼ ਨੂੰ ਸਮਝਣ 'ਚ ਦੇਖਣ ਦੇ ਵਿੱਚ ਦਿੱਕਤ ਆਉਂਦੀ ਸੀ ਜੀ। ਮੈਂ ਇਹਨਾਂ ਨੂੰ ਕਿਹਾ ਕਿ ਮੈਂ ਕੰਪਿਊਟਰ ਬਾਰੇ ਨੌਲੇਜ ਰੱਖਦਾ ਅਤੇ ਮੇਰੇ ਵੱਲੋਂ ਤੁਹਾਨੂੰ ਓਪਨ ਆਫਰ ਆ ਕਿ ਜਿੰਨੇ ਵੀ ਪਾਰਟੀਸਪੇਸ਼ਨ ਕਰਨੀ ਆ, ਜਿਹੜੇ ਵੀ ਸ਼ੌਕ ਰੱਖਦੇ ਆ, ਉਹ ਮੈਨੂੰ ਐਨੀ ਟਾਈਮ ਤੁਸੀਂ ਕਾਲ ਕਰੋ, ਮੇਰੇ ਕੋਲ ਆਓ ਅਤੇ ਮੈਂ ਤੁਹਾਡਾ ਔਨਲਾਈਨ ਅਪਲਾਈ ਕਰਕੇ ਹੋਰ ਜਿਹੜੀਆਂ ਡੇਟਸ ਆ ਜਾਣ ਆਉਣ ਦਾ ਤੁਹਾਡਾ ਜੋ ਵੀ ਹੈਗਾ ਪ੍ਰਬੰਧ ਜਾਂ ਉੱਥੇ ਪਾਰਟੀਸਪੇਸ਼ਨ ਦਾ ਹੈਗਾ ਹੈ, ਲੋਕੇਸ਼ਨ ਕੀ ਆ, ਵੈਨਿਊ ਕਿਹੜੀ ਆ, ਉਹ ਸਾਰੀ ਇਨਫੋਰਮੇਸ਼ਨ ਮੈਂ ਇਹਨਾਂ ਨੂੰ ਮਤਲਬ ਗੈਦਰ ਕਰਕੇ ਅਤੇ ਦੇਣਾ ਹੈ। ਕੰਮ ਤਾਂ ਇਹਨਾਂ ਨੇ ਕਰਨਾ, ਮਿਹਨਤ ਤਾਂ ਇਹਨਾਂ ਦੀ ਆ, ਅਚੀਵਮੈਂਟ ਇਹਨਾਂ ਦੀ ਆ, ਲੇਕਿਨ ਮੇਰੀ ਤਾਂ ਸਿਰਫ ਇਹਨਾਂ ਨੂੰ ਇਹ ਸਪੋਰਟ ਆ ਕਿ ਜਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਮੁਸ਼ਕਲ ਆਉਂਦੀ ਆ, ਜਿਸ ਤਰ੍ਹਾਂ ਅੱਜ ਕੱਲ੍ਹ ਔਨਲਾਈਨ ਹੀ ਸਾਰਾ ਹੁੰਦਾ ਹੈ, ਜਿਹੜਾ ਪਾਰਟੀਸਪੇਸ਼ਨ ਦੇ ਲਈ ਅਪਲਾਈ ਔਨਲਾਈਨ ਅਪਲਾਈ ਕੀਤਾ, ਉਹਦੀਆਂ ਪੇਮੈਂਟਾਂ ਕੀਤੀਆਂ ਵੀਜ਼ੇ ਤੋਂ ਕਿਸ ਤਰ੍ਹਾਂ, ਅਤੇ ਉਹ ਮੈਂ ਤਾਂ ਸਿਰਫ ਇਹਨਾਂ ਨੂੰ ਸਮਝੋ ਕਿ ਮਤਲਬ ਮੋਰਲ ਸਪੋਰਟ ਜਿਹੜੀ ਦੇਣਾ ਹੈ, ਔਰ ਇਹਨਾਂ ਦੀ ਇਹ ਸਾਰੀ ਆਪਣੀ ਅਚੀਵਮੈਂਟ ਆ, ਆਪਣੀ ਇਹਨਾਂ ਦੀ ਮਿਹਨਤ ਆ, ਔਰ ਆਪਣਾ ਇਹਨਾਂ ਦਾ ਸ਼ੌਕ ਆ। ਹਾਂ, ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਤੁਹਾਡੇ ਇੱਥੋਂ ਇਹ ਬੈਠਿਆਂ ਕਿ ਕਿਸੇ ਵੀ ਹੋਰ ਸੱਜਣ ਨੇ, ਕਿਸੇ ਵੀ ਹੋਰ ਸੀਨੀਅਰ ਨੇ ਇਹਦੇ ਵਿੱਚ ਪਾਰਟੀਸਪੇਸ਼ਨ ਕਰਨੀ ਹੋਵੇ, ਤੁਸੀਂ ਮੇਰਾ ਨੰਬਰ 6478241096 6478024 10096 'ਤੇ ਮੈਨੂੰ ਕਾਲ ਕਰ ਸਕਦੇ ਹੋ, ਔਰ ਮੈਂ ਤੁਹਾਡੀ ਇਹਦੇ ਵਿੱਚ ਪੂਰੀ ਮਦਦ ਕਰਾਂਗਾ ਤਾਂ ਜੋ ਤੁਸੀਂ ਇਹ 'ਚ ਪਾਰਟੀਸਪੇਟ ਕਰ ਸਕੋ, ਉੱਥੇ ਪਾਰਟੀਸਪੇਸ਼ਨ ਦੇ ਬਾਅਦ ਮੈਡਲ ਲਿਆ ਸਕੋ, ਔਰ ਸਾਡੀ ਕਮਿਊਨਿਟੀ ਦਾ ਨਾਂ ਹੋਰ ਰੋਸ਼ਨ ਕਰ ਸਕੋ। ਜਦੋਂ ਇਹ ਮੈਡਲ ਲੈ ਕੇ ਆਉਂਦੇ ਆ, ਮੈਨੂੰ ਐਂ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਮੈਂ ਖੁਦ ਮੈਡਲ ਲਿਆ। ਵੈਰੀ ਗੁੱਡ, ਠੀਕ ਹੈ ਨਾ। ਦੇਖੋ, ਇਹ ਆਊਟਡੋਰ ਇਨਡੋਰ ਵੀ ਹੁੰਦੀ ਹੈ ਜੀ, ਇਹ ਸਾਲ 'ਚ ਦੋ ਵਾਰੀ ਹੁੰਦੀ ਹੈ? ਉਹ ਫਰਵਰੀ 'ਚ ਹੋਣੀ ਹੈ, ਫਰਵਰੀ 'ਚ ਹੁੰਦੀ ਹੈ ਜੀ। ਅੱਛਾ, ਔਰ ਇਸ ਵਾਰੀ ਅਸੀਂ ਜਿਹੜੀ ਹੈਗੀ ਆ ਇਨਡੋਰ ਉਹਦੇ ਲਈ ਵੀ ਤਿਆਰੀ ਕਰ ਰਹੇ ਹਾਂ। ਕਰ ਰਹੇ ਹੋ ਨਾ? ਅੱਛਾ, ਉਹਦੇ ਲਈ ਫਰਜ਼ ਕਰੋ ਜੇ ਤਿਆਰੀ ਕਰਨੀ ਹੈ ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨਾ? ਠੀਕ ਆ। ਅਤੇ ਥੋੜ੍ਹਾ ਜਿਹਾ, ਕਿਉਂਕਿ ਪੰਨੂ ਸਾਹਿਬ ਨੇ ਦੱਸਿਆ ਵੀ ਵਰਜਿਸ਼ ਬੜੀ ਕਰਦੇ ਨੇ, ਪ੍ਰੈਕਟਿਸ ਕਰਦੇ ਨੇ, ਸਾਰਾ ਸਾਲ ਕਰਦੇ ਨੇ, ਹਫ਼ਤੇ 'ਚ 7 ਦਿਨ ਕਰਦੇ ਨੇ ਜੀ ਜੀ। ਇਹ ਜਿਹੜਾ ਆਮ ਤੌਰ 'ਤੇ ਹੈ ਨਾ, ਕਈ ਵਾਰੀ ਸੋਚ ਲਿਆ ਜਾਂਦਾ ਵੀ ਸਾਡੇ ਸੀਨੀਅਰਸ ਇੱਥੇ ਨਿਰੀ ਤਾਸ਼ ਹੀ ਖੇਡਦੇ ਆ ਜੀ,
ਸ਼ਰਾਬਾਂ ਪੀ ਕੇ ਖਰਾਬੀਆਂ ਕਰਦੇ ਆ ਜੀ, ਪਰ ਆਪਾਂ ਜਰਾ ਕੁ ਸਟੋਰੀ ਦਾ ਦੂਸਰਾ ਪਾਸਾ ਦੇਖੀਏ ਅਤੇ ਪਿਛਲੇ ਹਫ਼ਤੇ ਤੁਹਾਡੀ ਸੇਵਾ ਦੇ ਵਿੱਚ ਚੈਂਪੀਅਨ ਪੇਸ਼ ਹੋ ਕੇ ਗਏ ਨੇ, ਇਸ ਹਫ਼ਤੇ ਹੋਰ ਚੈਂਪੀਅਨ ਆਏ ਨੇ, ਇਹ ਵੀ ਆਪਾਂ ਉੱਥੋਂ ਹੀ ਸਾਡੇ ਨਾਲ ਹੀ ਬਜ਼ੁਰਗ ਚੱਲੇ ਹੋਏ ਪਹੁੰਚੇ ਨੇ, ਇਹਨਾਂ ਦੀਆਂ ਪ੍ਰਾਪਤੀਆਂ ਦੇਖੋ। ਸੋ ਇਹ ਮਨ ਨੂੰ ਲਗਾਉਣ ਦੀ ਲੋੜ ਹੈ, ਜਿੱਧਰ ਨੂੰ ਅਸੀਂ ਲਗਾ ਲਈਏ ਉੱਧਰ ਨੂੰ ਪ੍ਰਾਪਤੀਆਂ ਜੀਵਨ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪਨੂ ਸਾਹਿਬ, ਖਾਣ ਪੀਣ ਦਾ ਤੁਹਾਡਾ ਕੀ ਪਰਹੇਜ਼ ਹੈ ਜਾਂ ਕੀ ਖਾਂਦੇ ਹੋ ਜਾਂ ਪੀਂਦੇ ਹੋ? ਖਾਣ ਪੀਣ ਜੀ, ਜਿਹੜਾ ਮੈਂ ਪਹਿਲਾਂ ਸਾਦਾ ਹੀ ਖਾਂਦਾ ਸੀ। ਅੱਛਾ ਜੀ। ਉਹ ਮੈਂ ਉੱਥੇ ਕੋਚ ਲਾ ਕੇ ਉੱਥੇ ਜਿੰਮ ਜਾਣਾ ਤਾਂ ਉਹਨੂੰ ਕਿਹਾ ਵੀ ਮੈਨੂੰ ਥੱਕ ਜਾ ਜਾਣਾ। ਉਹ ਕਹਿੰਦਾ 9 ਵਜੇ ਤੂੰ 6 ਵਜੇ 7 ਵਜੇ ਰੋਟੀ ਖਾਂਦੀ ਹੁੰਦੀ ਹੈ, 10:30 ਸਵੇਰੇ ਤੂੰ ਫਿਰ 9 ਵਜੇ ਆਉਣਾ, 12 ਘੰਟਿਆਂ ਤੇਰੇ 'ਚ ਰਹਿ ਕੇ ਗਿਆ। ਹਾਂਜੀ। ਤੂੰ ਜੇ ਕਰਨਾ ਵਾ ਕੰਮ, ਤੂੰ ਸਵੇਰੇ ਚੰਗੀ ਹੈਵੀ ਡੇਟ ਖਾ, ਤੜਕੇ ਉੱਠ ਕੇ ਪਹਿਲਾਂ ਪਾਣੀ ਪੀ, ਹਾਂਜੀ, 30 ਘੰਟੇ ਬਾਅਦ ਚੰਗੀ ਹੈਵੀ ਬਦਾਮ ਕੇਲਾ ਦਹੀਂ ਕਈ ਕੁਛ ਫਰੂਟ ਫਲ ਪਾ ਕੇ ਨਾ ਚੰਗਾ ਹੈਵੀ, ਉਹ ਮੈਂ 5 ਵਜੇ ਖਾ ਲੈਂਦਾ। ਘਿਓ ਵੀ ਜੀ? ਘਿਓ ਮੁੜ ਕੇ ਬਾਅਦ ਜਾ ਕੇ ਦੋ ਤਿੰਨ ਚੀਜ਼ ਘਿਓ ਵੀ, ਉਹਦਾ ਕੋਈ ਰੌਲਾ ਨਹੀਂ। ਅੱਛਾ ਜੀ। ਉਹ ਅੰਦਾਜ਼ ਪਾ ਕੇ ਪਹਿਲਾਂ ਇਹੋ ਹੀ, ਅਤੇ ਉਹ ਮੁੜ ਕੇ ਉਦੋਂ ਬਾਅਦ ਕਹਿੰਦਾ 1.5 ਘੰਟਾ ਐਕਸਰਸਾਈਜ਼ ਨਹੀਂ ਕਰਨੀ, ਉਹ 5 ਵਜੇ। ਅੱਛਾ। ਅਤੇ ਫਿਰ ਮੈਂ ਜਦੋਂ ਕਰਦਾ ਮੈਂ ਥੱਕਦਾ ਹੀ ਨਹੀਂ ਉੱਥੇ, ਐਕਸਰਸਾਈਜ਼ ਕਰਨ ਲੱਗਾ। ਠੀਕ ਹੈ ਜੀ। ਜੇ ਤਾਂ ਕਿ ਜੋ ਰਾਤ ਦਾ ਭੁੱਖਾ ਹੀ ਹੋਇਆ ਸੀ ਅਤੇ ਉਹ 9 ਵਜੇ ਉੱਥੇ ਤੋਂ ਜਾਪਦਾ ਜੇ ਖੋਜ ਹੀ ਪੈਣੀ ਪੈਂਦੀ, ਉਸੇ ਵੇਲੇ ਉਹ ਕਹਿੰਦਾ ਫਿਰ ਨਾਲ ਹੀ ਲੈ ਜਾਣਾ ਦੁੱਧ ਜਾਂ ਕੋਈ ਚੀਜ਼ ਕੇਲਾ, ਹਾਂਜੀ, ਐਕਸਰਸਾਈਜ਼ ਕੇ ਫਿਰ ਖਾ ਲਈਦੀ ਆ। ਅਤੇ ਪੈਗ ਵਗੈਰਾ ਜੀ? ਹੈਜੀ, ਪੈਗ ਪੈਗ ਜੇ ਇੱਕ ਤਾਂ ਹੁਣ ਮੈਂ 3 ਮਹੀਨੇ ਬਾਅਦ ਪਰਸੋਂ ਚੌਦ ਇੱਕ ਸਾਡੇ ਯਾਰ ਬੇਲੀ ਆ ਰਹੇ, ਫਿਰ ਕਿਤੇ ਕੋਈ ਨਹੀਂ ਲੱਗਾ, ਤੂੰ ਇੱਕ ਲੈ ਲਾ ਜੀ, ਯਾਰ ਬੇਲੀ ਪੈ ਦਿੰਦੇ ਜੀ ਕਈ ਵਾਰੀ ਸਾਡੇ ਬੰਦੇ ਨੇ ਆਪਣਾ। ਸ਼ੰਕਰ ਸਾਹਿਬ ਉਹਨੇ ਮੇਰੇ ਮੇਰਾ ਤੋਤਾ। ਮੱਕਰ ਸਾਹਿਬ, ਤੁਸੀਂ ਵੀ ਆਪਣੇ ਖਾਣ ਪੀਣ ਦੇ ਡਿਸਿਪਲਿਨ ਬਾਰੇ ਦੱਸੋ ਜੀ। ਮੇਰਾ ਖਾਣ ਪੀਣ ਦਾ ਜੀ, ਸਵੇਰੇ ਇੱਕ ਵਾਰੀ ਬਾਹਰ ਜ਼ਰੂਰ ਘੁੰਮਣਾ ਜੀ, ਹਾਂਜੀ, ਤਕਰੀਬਨ ਘੁੰਮ ਕੇ ਫਿਰ ਆ ਕੇ ਦਹੀਂ ਖਾਣਾ, ਦਹੀਂ ਦੇ ਵਿੱਚ ਹਨੀ ਸ਼ਹਿਦ ਪਾਈ ਦਾ ਥੋੜ੍ਹਾ ਜਿਹਾ, ਹਾਂਜੀ, ਵਿੱਚ ਉਹਦੇ ਕਾਲੀ ਮਿਰਚ ਪਾਈ ਦੀ ਆ, ਅਤੇ ਉਹ ਤਿਆਰ ਕਰਕੇ ਪੂਰਾ ਜਿੱਦਾਂ ਫੈਂਟ ਕੇ ਖਾਈਦਾ। ਉਹ ਤੋਂ ਪਹਿਲਾਂ ਇੱਕ ਬਨਾਨਾ ਖਾਣਾ ਹੁੰਦਾ। ਠੀਕ ਹੈ। ਉਹ ਖਾ ਕੇ ਅਤੇ ਫਿਰ ਇਹ ਹੈ ਜੀ ਮੇਰੀ ਖੁਰਾਕ ਜਿਹੜੀ ਹੈ ਨਾ। ਠੀਕ ਹੈ ਜੀ। ਅੱਛਾ, ਅਤੇ ਵੈਸੇ ਇਹ ਫੈਮਿਲੀ ਦੀ ਜਿਹੜੀ ਸਪੋਰਟ ਹੈ ਜੀ, ਵੀ ਕਈ ਵਾਰੀ ਹੁੰਦਾ ਵੀ ਤੁਸੀਂ ਕਿਹੜੇ ਪਾਸੇ ਲੱਗੇ ਹੋਏ ਹੋ ਜੀ, ਕਿਉਂਕਿ ਘਰੋਂ ਥੋੜ੍ਹਾ ਜਿਹਾ ਉਤਸ਼ਾਹ ਮਿਲੇ ਸਹਿਯੋਗ ਕਰਨ ਫੈਮਿਲੀ ਮੈਂਬਰ ਅਤੇ ਬੰਦੇ ਦਾ ਹੋਰ ਜਿਹੜਾ ਉਹ ਮਨ ਜਿਹੜਾ ਲੱਗਦਾ ਅਤੇ, ਲੇਕਿਨ ਕਿ ਜੇ ਘਰੋਂ ਉਤਸ਼ਾਹ ਨਾ ਮਿਲੇ ਤਾਂ ਵਿਅਕਤੀ ਕਈ ਵਾਰੀ ਫਿਰ ਹੌਸਲਾ ਛੱਡ ਵੀ ਜਾਂਦੇ ਨੇ। ਸੋ ਘਰੋਂ ਕਿੰਨਾ ਕੁ ਮੋਟੀਵੇਸ਼ਨ? ਬੜਾ ਵਧੀਆ ਸਵਾਲ ਪੁੱਛਿਆ ਜੀ ਤੁਸੀਂ ਜੋਲ ਸਾਹਿਬ। ਹਾਂਜੀ। ਮੇਰਾ ਬੇਟਾ ਜਿਹੜਾ ਨਾ, ਉਹ ਮੈਨੂੰ ਹੀ ਤਿਆਰ ਕਰਦਾ। ਅੱਛਾ ਜੀ। ਉਹ ਪੇਪਰ ਪੜ੍ਹਦਾ ਜਾਂ ਯੂਟਿਊਬ ਵਗੈਰਾ ਦੇਖਦਾ ਰਹਿੰਦਾ ਅਤੇ ਉਹ ਕਹਿੰਦੇ ਵੀ ਡੈਡੀ ਆਹ ਜਿਹੜੀਆਂ ਗੇਮਾਂ ਹੋਣੀਆਂ ਇਹ 'ਚ ਜ਼ਰੂਰ ਜਾਣਾ। ਠੀਕ ਹੈ ਜੀ। ਬਹੁਤ। ਅਤੇ ਮੇਰੀ ਜਿਹੜੀ ਨੂੰਹ ਆ, ਵੈਸੇ ਤਾਂ ਉਹਨੂੰ ਬੇਟੀ ਕਹੀਦਾ, ਹਾਂਜੀ, ਉਹ ਮੈਨੂੰ ਲਿਆਉਂਦੀ ਅਤੇ ਲਿਜਾਂਦੀ, ਉਹ ਡਿਊਟੀ ਉਹਦੀ ਆ। ਠੀਕ ਹੈ। ਕਿਤੇ ਵੀ ਜਾਣਾ ਉਹਨੇ ਮੈਨੂੰ ਪਹੁੰਚਾਉਣਾ। ਠੀਕ ਹੈ। ਅਤੇ ਬੇਟੇ ਦਾ ਪੂਰਾ ਜੀ ਘਰੋਂ ਪੂਰੀ ਸਪੋਰਟ ਹੁੰਦੀ ਆ ਵੀ ਗੇਮ ਜਿਹੜੀ ਆ ਉਹ ਆਪਾਂ ਛੱਡਣੀ ਨਹੀਂ ਗੀ ਕੋਈ ਵੀ। ਬਹੁਤ ਅੱਛੇ। ਅਤੇ ਪੰਨੂ ਸਾਹਿਬ, ਤੁਹਾਨੂੰ ਵੀ ਘਰੋਂ ਕਿ 4-5 ਨੂੰ ਜਨਮ ਦਿਨ ਸੀ। ਅੱਛਾ ਜੀ। ਬਹੁਤ ਬਹੁਤ ਮੈਨੂੰ ਕਿਤੇ ਉੱਥੇ ਮਿਲਾਉਣਾ, ਮੈਂ ਕਿਹਾ ਉਹ ਸ਼ੈਡੋ ਮਿਲਾਉਣ ਨੂੰ ਤੁਸੀਂ ਮੈਨੂੰ ਜਾਣ ਆਉਣ ਦਾ ਸੁੱਖ ਕਰਦੇ ਹੋ, ਮੈਨੂੰ ਹੁਣ ਕੀ ਕਿਹੜੀ ਆ? ਹਾਂਜੀ, ਉਹ ਕੀ ਆ? ਬਾਈਕ ਕਹਿ ਲਓ, ਬੰਦੇ ਸੀ ਉਹਨਾਂ ਨੇ ਦੱਸਿਆ ਆਹ ਗੱਲ ਆ, ਉਹ ਹੁਣ ਕੱਲ ਅਸੀਂ 3 ਜਣੇ ਸਿੱਖ ਐਂਡ ਸਿੱਖ ਦਾ ਹੋਇਆ ਟੂਰਨਾਮੈਂਟ, ਉਹ 2 ਜਣੇ ਹੋਰ ਬਿਲਕੁਲ ਇੱਕ ਚਾਦਰੀ ਬੰਦਾ ਨਹੀਂ ਕੋਈ ਆਉਂਦਾ, ਅਸੀਂ 3 ਉੱਥੋਂ ਹੋਰ 3 ਜਿੱਤ ਕੇ ਲਿਆਏ ਆ। ਉਹ ਅੱਗੇ ਕੁਛ ਨਹੀਂ, ਪਹਿਲੇ ਤਾਂ ਮੈਂ 8 ਦਿਨ ਉਹਨਾਂ ਨੂੰ ਦਿੱਤੀ ਟ੍ਰੇਨਿੰਗ। ਠੀਕ ਹੈ ਜੀ। ਮੇਰੇ ਕੋਲ ਹੁਸ਼ਿਆਰਪੁਰ ਵੀ ਹੈਗਾ, ਜਿਹੜਾ ਦੂਜਾ ਸ਼ੌਕ ਹੈਗੀ ਆ ਪਾਥੀ, ਸਾਰੀਆਂ ਮੇਰੇ ਕੋਲ ਰੱਖੀਆਂ। ਠੀਕ ਹੈ। ਉੱਥੇ ਸੁੱਟੇ ਲੈ ਪੈਣੇ ਵਿੱਚ ਉਹਦੇ ਪਾਰਕ ਦੇ, ਤਾਂ ਨਿਸ਼ਾਨੀ ਰੱਖ ਲਏ ਇੰਨੇ ਫੋਟ ਮੁੜ ਕੇ ਪੈਦਾ ਫੋਟੋ ਲੈ ਲੈਣੇ ਆ। ਜਾਂ ਉਹ ਕੱਲ੍ਹ 2-1 ਤਾਂ ਫਸਟ ਆਇਆ ਕਿ ਚੋਂ ਦੌੜ ਚੋਂ, ਦੂਜੇ 2 ਸੈਕਿੰਡ ਆਇਆ ਕਿ ਥਲ ਆਇਆ, 3 ਕੱਲ੍ਹ ਫਿਰ ਉੱਥੋਂ ਜਿੱਤ ਕੇ ਲਿਆ ਕੈਨ ਸਿੱਖ ਵਾਲੇ ਆ, ਜੇ ਕੱਲ੍ਹ ਟੂਰਨਾਮੈਂਟ ਹੋਇਆ ਕੈਨ ਸਿੱਖ ਦਾ। ਅੱਛਾ ਜੀ। ਅਤੇ ਤੁਸੀਂ ਥੋੜ੍ਹਾ ਸਾਨੂੰ ਇਹ ਦੱਸੋ ਸਰੋਤਿਆਂ ਦਰਸ਼ਕਾਂ ਨੂੰ ਕਿ ਤਾਸ਼ ਵੀ ਖੇਡਦੇ ਜੀ? ਉਹ ਹਾਂ, ਮੁੜੇ ਸ਼ੁਰੂ 4 ਵਜੇ ਸ਼ੁਰੂ ਕਰਦੇ ਤਾਸ਼, 4 ਤੋਂ 6 ਵਜੇ ਤਾਸ਼, 6 ਵਜੇ ਫਿਰ ਅਸੀਂ ਇੱਥੇ ਪ੍ਰੈਕਟਿਸ ਕਰਦੇ ਹਾਂ ਜੀ। ਠੀਕ ਹੈ। ਉੱਥੇ ਗਰਾਊਂਡ 'ਚ ਸਭ ਖੇਡ ਕੇ ਛਾਲਾ ਜਿਹੜਾ ਵੀ ਉੱਥੇ ਜਰਵਾ ਕਰਦੇ, ਜਿੱਥੇ ਰੇਤ ਜੀ ਸੁੱਟੀ ਆ ਨਾ, ਹਾਂਜੀ, ਉਹ ਨਿਆਣੇ ਨੂੰ ਚਲੇ ਜਾਂਦੇ ਆ, ਫਿਰ ਰੇਤ ਨੂੰ ਵਰਤ ਲੈਂਦੇ ਆ। ਮਤਲਬ ਕਹਿੰਦੇ ਤੁਸੀਂ ਆਪਣੇ ਆਪ ਨੂੰ ਪੂਰਾ ਬਿਜ਼ੀ ਰੱਖ ਪੂਰਾ ਬਿਜ਼ੀ ਰੱਖ ਪੂਰੀ। ਅੱਛਾ ਅੱਛੀ ਨਾ ਸਭ, ਥੋੜ੍ਹਾ ਜਿਹਾ ਇਹ ਦੱਸੋ ਵੀ ਬਹੁਤ ਵਾਰ ਹੁੰਦਾ ਜੀ ਵੀ ਜਿਹੜੇ ਸਾਡੇ ਸੀਨੀਅਰਸ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਰੀਏ ਕਿ ਹਾਂਜੀ ਵੀ ਬਹੁਤ ਵਾਰ ਫਿਰ ਆਪਣਾ ਜਿਹੜਾ ਸਮਾਂ ਕਈ ਵਾਰੀ ਵਿਹਲੇ ਬਹਿ ਕੇ ਲੰਮੇ ਪੈ ਕੇ ਜਾਂ ਖਾ ਪੀ ਕੇ ਘਰ ਦੇ ਵਿੱਚ
ਉਹ ਗੁਜ਼ਾਰ ਦਿੰਦੇ ਨੇ, ਹੈ ਨਾ। ਸੋ ਆਪਣਾ ਜਿਹੜਾ ਜੇ ਰੁਝੇਵਾਂ ਤੁਸੀਂ ਫਰਜ਼ ਕਰੋ ਐਜ਼ ਏ ਐਡਵਾਈਜ਼ਰ ਵੀ ਤੁਸੀਂ ਐਥਲੀਟਸ ਨੂੰ ਲੈ ਕੇ ਜਾਂਦੇ ਹੋ, ਮੋਟੀਵੇਟ ਕਰਦੇ ਹੋ ਉਹਨਾਂ ਦੇ ਲਈ, ਲੋਜਿਸਟਿਕ ਸਾਰਾ ਜਿੰਨਾ ਵੀ ਕੰਮ ਕਰਨ ਵਾਲਾ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ, ਸੋ ਕਿਵੇਂ ਜਿਹੜੇ ਸੀਨੀਅਰਸ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਆ? ਕਿਉਂਕਿ ਸਾਡੇ ਕੋਲ ਇੱਥੇ ਹੁਣੇ ਹੀ ਜੇਮਸ ਪੋਟਰ ਸੀਨੀਅਰਸ ਕਲੱਬ ਤੋਂ ਆਏ ਸੀ ਬੁਲਾਰੇ, ਉਹ ਦੱਸ ਕੇ ਗਏ ਵੀ ਜਦੋਂ ਆਪਾਂ ਤੰਦਰੁਸਤ ਖਾਣਾ ਪਰੋਸਦੇ ਹਾਂ ਤਾਂ ਕਈ ਵਾਰੀ ਉਹ ਲੋਕਾਂ ਦਾ ਉੱਤੇ ਮਨ ਉਹਨਾਂ ਨਹੀਂ ਟਿਕਦਾ, ਸੋ ਇਹ ਜਲੇਬੀਆਂ 'ਤੇ, ਪਕੌੜਿਆਂ 'ਤੇ, ਸਮੋਸਿਆਂ 'ਤੇ, ਵੇਸਣਾਂ 'ਤੇ ਸਾਡਾ ਜਿਹੜਾ ਮਨ ਜ਼ਿਆਦਾ ਹੈ ਜੀ। ਸੋ ਤਾਂ ਕਿ ਤੰਦਰੁਸਤ ਜੀਵਨ ਵਾਲੇ ਪਾਸੇ ਨੂੰ ਵੀ ਲੋਕ ਸੋਚ ਸਕਣ, ਦੱਸੋ ਥੋੜ੍ਹਾ ਜਿਹਾ ਇਹਦੇ ਬਾਰੇ। ਇਹ ਦੇਖੋ ਜੀ, ਇਹ ਜਿੰਨੇ ਵੀ ਸੀਨੀਅਰ ਆ ਨਾ, ਉਹਨਾਂ ਨੂੰ ਐਕਟਿਵ ਰਹਿਣ ਦੀ ਬੜੀ ਲੋੜ ਆ। ਹਾਂਜੀ, ਜੇ ਤੁਸੀਂ ਆਪਣੇ ਆਪਣੇ ਬੋਡੀ ਨੂੰ ਐਕਟਿਵ ਰੱਖਦੇ ਹੋ ਨਾ, ਤੇ ਕਾਫੀ ਸਾਰੀਆਂ ਬਿਮਾਰੀਆਂ ਜਿਨ੍ਹਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਂਦਾ। ਜਿਸ ਤਰ੍ਹਾਂ ਇਹਨਾਂ ਨੂੰ ਵੀ ਬੜੀ ਹੈਲਥ ਦੀ ਪ੍ਰੋਬਲਮ ਸੀਗੀ ਜਦੋਂ ਇਹ ਆਏ ਆ, ਔਰ ਇਹਨਾਂ ਨੂੰ ਡਾਕਟਰਸ ਨੇ ਕਈ ਕੁਛ ਦੱਸਿਆ ਸੀ। ਹੁਣ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਜਿਮ ਜਾਂਦੇ ਆ, ਪ੍ਰੈਕਟਿਸ ਕਰਦੇ ਆ, ਹੁਣ ਇਹ ਜੋ ਵੀ ਇਹ ਖਾਂਦੇ ਪੀਂਦੇ ਆ, ਘਿਓ ਵੀ ਖਾਂਦੇ ਆ, ਇਹ ਸਾਰਾ ਕੁਛ ਕਰਦੇ ਆ, ਇਹਨਾਂ ਦੇ ਬਿਲਕੁਲ ਐਵਰੀਥਿੰਗ ਇਜ਼ ਨੋਰਮਲ। ਅੱਛਾ ਜੀ, ਸਭ ਕੁਝ ਇਹਨਾਂ ਦਾ, ਇਹਨਾਂ ਦੀਆਂ ਰਿਪੋਰਟਸ 78 ਈਅਰ ਦੇ ਵਿੱਚ ਵੀ ਨੋਰਮਲ ਆਉਂਦੀਆਂ। ਠੀਕ ਹੈ, ਇੱਥੇ ਮੈਂ ਥੋੜ੍ਹੀ ਜਿਹੀ ਤੁਹਾਨੂੰ ਹੋਰ ਐਡ ਕਰਨਾ ਚਾਹੁੰਦਾ ਕਿ ਅਸੀਂ ਇਸ ਪਾਸੇ ਨੂੰ, ਇਹ ਵੀ ਮੇਰੇ ਸੰਪਰਕ ਦੇ ਵਿੱਚ 3-4 ਸਾਲ ਹੋਏ ਆਏ ਆ, ਔਰ ਇਹਨਾਂ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਇਹ ਗੱਲ ਆ, ਅਤੇ ਮੈਂ ਇਹਨਾਂ ਨੂੰ ਸਾਰਾ ਇਹਨਾਂ ਦਾ ਇਨਕਰੇਜ ਕਰਕੇ ਕਿ ਮਤਲਬ ਇਫ ਹੀ ਕੈਨ ਡੂ ਤੇ ਹੀ ਕੈਨ ਬਿਕਮ ਏ ਫੇਸ ਆਫ ਆਵਰ ਕਮਿਊਨਿਟੀ। ਹਾਂਜੀ ਬਿਲਕੁਲ, ਇਸੇ ਤਰ੍ਹਾਂ ਹੀ ਸਰਦਾਰ ਬਦਨ ਸਿੰਘ ਗਿੱਲ ਤੁਹਾਡੇ ਕੋਲ ਪਹਿਲਾਂ ਇੱਥੇ ਪਿਛਲੇ ਗਏ ਆ, ਹਾਂਜੀ ਹਾਂਜੀ, ਉਹਨਾਂ ਨੂੰ ਵੀ ਪਿਛਲੇ ਸਾਲ ਮੈਂ ਹੀ ਇੱਧਰ ਐਂਟਰ ਕਰਾਇਆ ਸੀ। ਅੱਛਾ ਜੀ, ਔਰ ਉਹ ਪਿਛਲੇ ਸਾਲ ਵੀ ਜਿਹੜੇ ਆ ਉਹ 3 ਮੈਡਲ ਲੈ ਕੇ ਆਏ ਸੀ। ਹਾਂਜੀ, ਇਸ ਵਾਰੀ ਉਹ 4 ਲੈ ਕੇ ਆਏ ਆ, 94 ਸਾਲ ਦੀ। ਹਾਂਜੀ, ਉਹਨਾਂ ਉਹ ਹੈਗੇ 93 ਈਅਰ ਦੇ। ਹਾਂਜੀ, ਤੇ ਪਿਛਲੇ ਸਾਲ ਉਹਨਾਂ ਨੇ 3 ਲਏ ਸੀ, ਇਸ ਸਾਲ ਉਹਨਾਂ ਨੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਇਹਨਾਂ ਸਾਰਿਆਂ ਦੇ ਵਿੱਚੋਂ ਹੀ ਉਹ ਗੋਲਡ ਮੈਡਲ ਲੈ ਕੇ ਆਏ ਆ। ਹਾਂਜੀ, ਔਰ ਉਹਨਾਂ ਦੀ ਐਂਟਰੀ ਵੀ ਇਸ ਸਾਈਡ 'ਤੇ ਮੈਂ ਹੀ ਕਰਾਈ ਆ। ਠੀਕ ਹੈ, ਉਹਦੇ ਨਾਲ ਸਾਡਾ ਜਿਹੜਾ ਉੱਥੇ ਹੈਗਾ ਹੈ ਟ੍ਰੀ ਲਾਈਨ ਏਰੀਆ, ਉਹਦੇ ਵਿੱਚ ਕਾਫੀ ਜਿਸ ਤਰ੍ਹਾਂ ਕਹਿ ਲਓ ਕਿ ਜਿਹੜੇ ਸੀਨੀਅਰ ਨੇ ਉਹ ਸਪੋਰਟਸ ਦੇ ਵੱਲ ਇਨਕਰਜ ਹੋਏ ਆ, ਪੰਨੂ ਸਾਹਿਬ ਨੇ ਜਾਂ ਸਰਦਾਰ ਬਤਨ ਸਿੰਘ ਨੇ, ਹੋਰ ਵੀ ਸਾਡੇ 3-4 ਪਾਰਟਿਸਪੈਂਟ ਤਿਆਰ ਹੋਏ ਆ। ਮੈਨੂੰ ਸਿਰਫ ਇਹ ਹੈ ਕਿ ਇਹਦੇ ਨਾਲ ਇੱਕ ਸੈਟਿਸਫੈਕਸ਼ਨ ਲੈਵਲ ਬੜਾ ਕਿ ਆਈ ਐਮ ਡੂਇੰਗ ਸਮਥਿੰਗ ਗੁੱਡ ਫਾਰ ਦਾ ਸੋਸਾਇਟੀ, ਔਰ ਮੈਂ ਸੀਨੀਅਰ ਨੂੰ ਬਜਾਏ ਤਾਸ਼ਾਂ ਸ਼ਰਾਬਾਂ ਤੋਂ ਕਿਸੇ ਚੰਗੇ ਪਾਸੇ ਮਤਲਬ ਜੋੜ ਰਿਹਾ, ਇਹ ਮੈਨੂੰ ਮਤਲਬ ਥੋੜ੍ਹਾ ਆਪਣੇ ਆਪ ਦੇ ਵਿੱਚ ਸੈਟਿਸਫੈਕਸ਼ਨ ਆ। ਔਰ ਜੇ ਇੱਧਰ ਜੁੜਦੇ ਆ ਅਤੇ ਇਹਨਾਂ ਦੀਆਂ ਕਈ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਉਹ ਵੀ ਦੂਰ ਹੋ ਜਾਂਦੀਆਂ, ਇੱਕ ਹੈਲਥੀ ਸੋਸਾਇਟੀ ਕ੍ਰੀਏਟ ਹੁੰਦੀ ਆ, ਔਰ ਸਾਡੀ ਕਮਿਊਨਿਟੀ ਦਾ ਨਾਂ ਰੌਸ਼ਨ ਹੁੰਦਾ। ਬਿਲਕੁਲ ਜੀ, ਔਰ ਜੇ ਫਰਜ਼ ਕਰੋ ਵੀ ਜਲੇਬੀਆਂ, ਪਕੌੜੇ, ਵੇਸਣ, ਸਮੋਸਿਆਂ ਨੂੰ ਬਹੁਤਾ ਦਿਲ ਕਰਦਾ ਵੀ ਆ, ਅਤੇ ਪਚਾਉਣ ਦਾ ਤਰੀਕਾ ਜੀ ਜੀ ਹਾਂਜੀ ਵੀ ਤੁਸੀਂ ਆਪਣੀ ਵਰਜਿਸ਼ ਕਰੋ, ਆਪਣਾ ਡਿਸਿਪਲਿਨ ਬਣਾਓ, ਅਤੇ ਉਹ ਖਾਧਾ ਪੀਤਾ ਤੁਹਾਨੂੰ ਪਚੇਗਾ, ਰੋਗ ਨਹੀਂ ਲੱਗਣਗੇ। ਜੀ ਨਾ ਸਾਹਿਬ, ਥੋੜ੍ਹਾ ਜਿਹਾ ਇਹ ਦੱਸੋ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਨੇ ਜੀ ਵੀ ਸੀਨੀਅਰਸ ਜਾਂਦੇ ਨੇ, ਮੋਟੀਵੇਸ਼ਨਲ ਇਹਨਾਂ ਦੀ ਇਹ ਸਾਰੀ ਐਕਟੀਵਿਟੀਜ਼ ਹੈ, ਦੂਸਰੇ ਸੀਨੀਅਰਸ ਨੂੰ ਵੀ ਇਹਦੇ ਤੋਂ ਇੱਕ ਤਰੀਕੇ ਦੇ ਨਾਲ ਪ੍ਰੇਰਣਾ ਮਿਲਦੀ ਹੈ, ਯੂਥ ਨੂੰ ਵੀ ਨੈਚੁਰਲੀ, ਹੈਂਜੀ ਪਰਿਵਾਰਾਂ ਦੇ ਪਰਿਵਾਰ ਜਿਹੜੇ ਰੁੱਝੇ ਰਹਿੰਦੇ ਇਹਦੇ ਵਿੱਚ, ਬੀਬੀਆਂ ਦੀ ਪਾਰਟੀਸਪੇਸ਼ਨ ਜਿਹੜੀ ਹੈ ਜੀ ਵੀ ਉਹ ਕਿਸ ਤਰ੍ਹਾਂ ਵਧਾਈ ਜਾ ਸਕਦੀ ਹੈ ਜਾਂ ਹੋ ਸਕਦੀ ਹੈ? ਇਹ ਬੀਬੀਆਂ ਦੀ ਸਪੋਰਟਸ ਵਾਲੇ ਪਾਸੇ ਇਹ ਦੇਖੋ, ਅਜੇ ਅਸੀਂ ਨਹੀਂ ਪਾਰਟੀਸਪੇਸ਼ਨ ਇੰਨੀ ਇੱਧਰ ਕਰ ਸਕੇ। ਹਾਂਜੀ, ਇਹਦੇ ਲਈ ਸਾਡੇ ਜਿਹੜੇ ਐਫਰਟਸ ਆ ਉਹ ਜਾਰੀ ਆ, ਲੇਕਿਨ ਬੀਬੀਆਂ ਦੀ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਅਸੀਂ ਕਾਫੀ, ਜਿਸ ਤਰ੍ਹਾਂ ਸਾਡੇ ਕਲੱਬ ਨੇ, ਮੈਂ 2-3 ਕਲੱਬਾਂ ਦੇ ਵਿੱਚ ਜਿਹੜਾ ਵਾ ਐਕਟਿਵ ਹੈਗਾ ਹੈ, ਉਹਨਾਂ ਸਾਰਿਆਂ ਦੇ ਵਿੱਚ ਅਸੀਂ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਡਾਇਰੈਕਟਰ ਰੱਖਿਆ ਹੈ। ਅੱਛਾ ਜੀ, ਅਤੇ ਡਾਇਰੈਕਟਰ ਉਹਨਾਂ ਨੂੰ ਇਸ ਕਰਕੇ ਰੱਖਿਆ ਕਿ ਸੋ ਦੈਟ ਇੱਕ ਤਾਂ ਉਹ ਔਰਗੇਨਾਈਜੇਸ਼ਨ ਦਾ ਸੈਟਅਪ ਸਮਝ ਸਕਣ, ਦੂਜਾ ਔਰਗੇਨਾਈਜੇਸ਼ਨ ਦੇ ਵਿੱਚ ਐਕਟਿਵਲੀ ਪਾਰਟ ਲੈਣ, ਅਤੇ ਜਦੋਂ ਉਹ ਇੱਕ ਦੂਜੇ ਨਾਲ ਮਿਲਦੇ ਆ, ਇੰਟਰੈਕਟ ਕਰਦੇ ਆ, ਅਤੇ ਉਹ ਸਾਰੀਆਂ ਖੁਸ਼ ਹੁੰਦੀਆਂ ਨੇ, ਇਕੱਠੀਆਂ ਬੈਠਦੀਆਂ ਵਾ, ਨੱਚਦੀਆਂ ਨੇ, ਹੋਰ ਸੋਸ਼ਲ ਐਕਟੀਵਿਟੀਜ਼ ਕਰਦੀਆਂ, ਉਹਨਾਂ ਦੀ ਵੀ ਹੈਲਥ ਲਈ ਉਹ ਸਾਰੀ ਪੋਜ਼ਿਟਿਵ ਚੀਜ਼ ਆ। ਔਰ ਅਪਾਰਟ ਫਰੋਮ ਦੈਟ, ਅਸੀਂ ਇੱਕ ਨਾ ਬਰੈਂਪਟਨ ਵੋਮੈਨ ਕਲੱਬ ਜਿਹੜਾ ਉਹ ਕ੍ਰੀਏਟ ਕੀਤਾ। ਅੱਛਾ ਜੀ, ਉਹ ਕਰੀਬ ਪਿਛਲੇ 3-4 ਸਾਲ ਹੋ ਗਏ ਆ, ਉਹ ਮੈਂ ਅਤੇ ਇਹਨਾਂ ਨੇ ਪ੍ਰਿੰਸੀਪਲ ਸਰਦਾਰ ਜਗਜੀਤ ਸਿੰਘ ਗਰੇਵਾਲ ਉਹਨਾਂ ਨੇ, ਇਹ ਸਾਡੀ ਹੀ ਜਿਹੜੀ ਸੀਗੀ ਕਾਰਡ ਵੀ ਲੇਡੀਜ਼ ਦੇ ਲਈ ਇੱਕ ਅਲੱਗ ਗਰੁੱਪ ਕ੍ਰੀਏਟ ਜਿਹੜਾ ਕਰ ਦਿੱਤਾ ਜਾਵੇ। ਠੀਕ ਹੈ, ਉਹ ਜਿਹੜਾ ਹੈਗਾ ਹੈ ਬਰੈਂਪਟਨ ਵੋਮੈਨ ਕਲੱਬ, ਉਹ ਬੜਾ ਸਕਸੈਸਫੁਲੀ ਕੰਮ ਕਰ ਰਿਹਾ ਵਾ। ਠੀਕ ਹੈ, ਔਰ ਉਹਦੇ ਵਿੱਚ ਸਾਰੀਆਂ ਲੇਡੀਜ਼ ਹੀ ਆ ਜੀ। ਪਹਿਲੋਂ ਉਹਨਾਂ ਨੇ ਸਾਨੂੰ ਰੱਖਿਆ ਸੀ ਐਜ਼ ਏ ਕਨਵੀਨਰ, ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਓਕੇ ਨਾਓ ਯੂ ਆਰ ਇੰਡੀਪੈਂਡੈਂਟ, ਤੁਸੀਂ ਆਪਣਾ ਕੰਮ ਆਪ ਕਰੋ, ਅਸੀਂ ਤੁਹਾਨੂੰ ਬਾਹਰੋਂ ਸਪੋਰਟ ਕਰਾਂਗੇ। ਔਰ ਉਹ ਜਿਹੜਾ ਕਲੱਬ ਆ ਉਹ ਬੜਾ ਮਤਲਬ ਅੱਛਾ ਚੱਲ ਰਿਹਾ, ਔਰ ਉਹਦੇ ਵਿੱਚ ਜਿਹੜੀਆਂ ਲੇਡੀਜ਼ ਦੀ ਪਾਰਟੀਸਪੇਸ਼ਨ ਹੋਈ ਆ ਉਹ ਬੜੀਆਂ ਖੁਸ਼ ਨੇ।
बहुत अच्छे लो जी फिर आपां तुहाडी सेवा दे विच इह गल्लां बातां पेश करन दा इक खास मकसद हुंदा भी संदेश मिल सके क्योंकि नैगेटिव न्यूज़ तो बहुत आउंदी आ पर कुछ पॉजिटिव भी लैके आईए पर पॉजिटिव तद लैके आईए जी कुछ पॉजिटिव वापरे तो जे पॉजिटिव आपां लभण तुर पईए तो आल दुआल दे विच काफ़ी कुछ वापर रहा है जिस तरीके दे नाल इह हरपाल सिंह जी शीना इन्हां दी टीम दे सहयोग दे नाल गुरबचन सिंह जी पन्नू खास प्राप्तियां करके आए ने चैंपियन ਪੰਨੂ ਸਾਹਿਬ ਤੁਸੀਂ ਜਾਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚੋਂ ਜੇ ਆਪਣੇ ਵੱਲੋਂ ਕੋਈ ਖਾਸ ਸੰਦੇਸ਼ ਕਮਿਊਨਿਟੀ ਨੂੰ ਕੋਈ ਬਜ਼ੁਰਗਾਂ ਨੂੰ ਦੇਣਾ ਹੋਵੇ ਵੀ ਉਹ ਹੋਰ ਥੋੜ੍ਹੇ ਐਕਟਿਵ ਹੋ ਸਕਣ ਤੰਦਰੁਸਤ ਰਹਿਣ ਚੰਗੇ ਪਾਸੇ ਨੂੰ ਉਹ ਲੱਗੇ ਰਹਿਣ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਉਦੋਂ ਮੈਡਲ ਲਿਆ ਕੇ ਤਾਂ ਫੋਟੋ ਅਸੀਂ ਕਢਾਇਆ ਸੀ ਮਸ਼ੀਨਾ ਸਾਹਿਬ ਨੇ ਹਾਂਜੀ ਉਹ ਤੋਂ ਆਪਦਾ ਫੋਨ ਦਿੱਤਾ ਸੀ ਮੈਨੂੰ ਘੱਟ ਤੋਂ ਘੱਟ 60 ਫੋਨ ਆ ਚੁੱਕੇ ਆ ਅੱਛਾ ਜੀ ਉਹ ਬੰਦੇ ਵਾਲੇ ਜਿਹੜੇ ਕਹਿੰਦੇ ਹੈਲਦੀ ਹੈ ਅਸੀਂ ਅਸੀਂ ਵੀ ਤੇਰੇ ਵਾਲਾ ਕੰਮ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਉਹ 10-12 ਬੰਦਿਆਂ ਨਾਲ ਮੇਰੀ ਗੱਲ ਹੋ ਗਈ ਉਹ ਮੇਰੇ ਸੰਪਰਕ 'ਚ ਆ ਉਹਦਾ ਉਹ 1 ਜਨਵਰੀ ਤੋਂ ਕਰਾਉਣਾ ਉਹ 5 ਮੈਂਬਰ ਬਣਾ ਕੇ ਉਸ ਤੋਂ ਹੁਣ ਅਸੀਂ ਸ਼ੁਰੂ ਜਿਹੜੀ ਆ ਐਕਸਰਸਾਈਜ਼ ਉਹ ਜਿੰਮ 'ਚ ਮੈਂ ਰੋ ਕੇ ਮੈਂ ਉਹਨੂੰ ਟਾਈਮ ਦਿੱਤਾ ਜਿੰਮ 'ਚ ਮੇਰੇ ਕੋਲ ਤੁਹਾਨੂੰ ਦੱਸਾਂ ਯਾਰ ਤੁਸੀਂ ਨਾਲ ਐਕਸਰਸਾਈਜ਼ ਆਹ ਕਰਦੇ ਹਾਂ ਠੀਕ ਹੈ ਜੇ ਤੁਸੀਂ ਦੌੜਨਾ ਤਾਂ ਉਹਦੇ ਬਾਅਦ ਆ ਸਭ ਦੱਸਦੇ ਦੌੜਨਾ ਅਤੇ ਆਹ ਐਕਸਰਸਾਈਜ਼ ਕਰੋ ਜੇ ਗੋਲਾ ਸੁਣਨਾ ਤਾਂ ਆਹ ਕਰੋ ਡਿਕਸਸ ਵਾਸਤੇ ਆਹ ਕਰੋ ਵੇਟ ਥਰੋਲ ਆਹ ਕਰੋ ਠੀਕ ਹੈ ਜੀ ਮਤਲਬ ਜੇ ਉਹ ਜਿਹੜਾ ਜਿਹਨੇ ਤੇ ਛਾਲ ਮਾਰਨੀ ਹੈ ਤਾਂ ਭੱਜਣਾ ਤਾਂ ਹਲਕਾ ਪਾਰ ਹੋਣਾ ਚਾਹੀਦਾ ਜਿਹੜੇ ਕਦੀ ਵੀ ਨਹੀਂ ਭੱਜੇ ਉਹ ਵੀ ਕਿਸੇ ਤਰ੍ਹਾਂ ਤਿਆਰ ਹੋ ਸਕਦੇ ਜੀ ਇਹਨਾਂ ਚੈਂਪੀਅਨਸ਼ਿਪ ਉਹਨੂੰ ਟਾਈਮ ਲੱਗੂ ਹੈ ਨਾ ਜੀ ਹੋਰ ਤਿਆਰ ਹੋਣਗੇ ਹੁਣ ਮੈਂ ਪਹਿਲਾਂ ਦੋਵੇਂ ਕਰਦਾ ਸੀ ਨਾ ਭੱਜਣ ਦਾ ਵੀ ਅਤੇ ਛਾਲ ਦਾ ਵੀ ਅਤੇ ਆਹ ਬੈਠ ਵਾਲਾ ਵੀ ਉਹ ਮੈਨੂੰ ਜਿਹੜਾ ਕੋਈ ਜਾਂਦਾ ਵੀ ਜੇ ਤੂੰ ਭਾਰ ਘਟਾਏਗਾ ਤੇਰਾ ਤੈਨੂੰ ਗੜਬੜ ਹੋਣੀ ਆ ਠੀਕ ਹੈ ਜੀ ਤੁਹਾਨੂੰ ਮੈਂ ਥੋੜ੍ਹਾ ਹੀ ਭਾਰ ਕਰਾਇਆ ਕਹਿੰਦਾ ਉਸ ਮੈਂ ਉਹ ਦੌੜਾਂ ਤੋਂ ਮੇਰੇ ਕੋਲ ਨਹੀਂ ਹੁੰਦੀਆਂ ਛਾਲ ਵੀ ਕਿਹਾ ਮੇਰੀ ਘੱਟ ਗਈ ਆ ਅਤੇ ਉਹਦਾ ਜਾਨ ਜ਼ਿਆਦਾ ਹੋ ਗਈ ਆ ਵੈਰੀ ਗੁੱਡ ਉਹਦੇ 'ਚ ਹੁਣ ਮੈਨੂੰ ਇਹਦੇ ਨੂੰ ਕਰਦੇ ਆ ਹੁਣ ਮੈਂ ਐਵਾਕਾਡੋ ਨੂੰ ਦੱਸਿਆ ਵੀ ਉੱਥੇ ਸਾਰੇ ਐਵਾਕਾਡੋ ਕਰ ਦਿਖਾਉਂਦੇ ਆ ਐਵਾਕਾਡੋ ਇਹ ਬੜਾ ਹਾਂਜੀ ਬਹੁਤ ਚੰਗੀ ਚੀਜ਼ ਆ ਸਬਜ਼ੀ ਵੀ ਆ ਫਰੂਟ ਵੀ ਆ ਸਭ ਕੁਛ ਵਧੀਆ ਕੋਈ ਜਾਂਦਾ ਉਹ ਮੈਂ ਡਾਕਟਰ ਨੂੰ ਪੁੱਛਿਆ ਮੈਂ ਕਿਹਾ ਕੋਈ ਜਾਈ ਦਾ ਹੋਏ ਕੋਈ ਖਾ ਹੋਵੇ ਨਹੀਂ ਖਾ ਬੁੜਿਆ ਨਹੀਂ ਸੂਤ ਅਤੇ ਉਹ ਆਹਦਾ ਚਲਾਦਾ ਖਾ ਲਿਆ ਕਰ ਮੈਂ ਆਹਦਾ ਖਾ ਤਾਂ ਮੈਨੂੰ ਮੈਂ ਦੱਸਿਆ ਮੈਂ ਹੁੰਦਾ ਥੋੜ੍ਹਾ ਫਿੱਕਾ ਜਿਹਾ ਕਿ ਮੇਰੇ ਲੋਕਾਂ ਦੇ ਖਾ ਲੈਂਦੇ ਸ਼ਹਿ ਲੈ ਕੇ ਸ਼ਹਿ ਲੈਣਾ ਖਾ ਲਓ ਫਿੱਕਾ ਆਪਣੀ ਮਰਜ਼ੀ ਆ ਨਾ ਉਹ ਸੈੱਟ ਕਰਦਾ ਉਹਦਾ ਹੁਣ ਮੈਨੂੰ ਉਹਦਾ ਹੁਣ ਫਿਰ ਚੱਕ ਕੀਤਾ ਨਾ ਦੋਵੇਂ ਨੇ ਕਹਿੰਦਾ ਆਪਾਂ ਸਾਰਾ ਖਾ ਲਿਆ ਕਰ ਕੋਈ ਤੈਨੂੰ ਉਲਟਾ ਨਹੀਂ ਪੈਦਾ ਮੁੜਕਾ ਮੁੜਕਾ ਹੋ ਗਿਆ ਕਰਕੇ ਨਾ ਹਾਂਜੀ ਕਹਿੰਦਾ ਤੂੰ ਪਹੁੰਚਾ ਲਿਆ ਤਾਂ ਫਿਰ ਤੈਨੂੰ ਕੀ ਆ ਸਾਰਾ ਖਾ ਲਿਆ ਕਰ ਸਰਦਾਰ ਗੁਰਬਚਨ ਸਿੰਘ ਜੀ ਪੰਨੂ ਜਿਹੜੇ ਕਿ ਚੈਂਪੀਅਨ ਬਣ ਕੇ ਸਟੂਡੀਓ 'ਚ ਪਹੁੰਚੇ ਇਸੇ ਤਰ੍ਹਾਂ ਪਹੁੰਚੇ ਸਟੂਡੀਓ ਦੇ ਵਿੱਚ ਚੈਂਪੀਅਨ ਬਣ ਕੇ ਸਰਦਾਰ ਸਾਹਿਬ ਸਰਦਾਰ ਸਿੰਘ ਜੀ ਮੱਕੜ ਤੁਸੀਂ ਵੀ ਥੋੜ੍ਹਾ ਜਿਹਾ ਮੋਟੀਵੇਟ ਕਰੋ ਜੀ ਕਮਿਊਨਿਟੀ ਦੇ ਵਿੱਚ ਸੀਨੀਅਰਸ ਨੂੰ ਬਜ਼ੁਰਗਾਂ ਨੂੰ ਲੱਗਦਾ ਜੇ ਇਸ ਤਰੀਕੇ ਦੇ ਨਾਲ ਤੁਸੀਂ ਜਾਂਦੇ ਰਹੇ ਕਮਿਊਨਿਟੀ ਨੂੰ ਹੋਰ ਮੋਟੀਵੇਟ ਕਰਦੇ ਰਹੇ ਆਉਣ ਵਾਲਿਆਂ ਸਾਲਾਂ 'ਚ ਤੁਹਾਡਾ ਆਪਸ ਦੇ ਵਿੱਚ ਮੁਕਾਬਲਾ ਹੋਣ ਲੱਗ ਜਾਣਾ ਸੀਨੀਅਰਸ ਦਾ ਪੰਜਾਬੀਆਂ ਦਾ ਦੱਸੋ ਜੀ ਹਾਂਜੀ ਜੋਲ ਸਾਹਿਬ ਇੱਦਾਂ ਜੀ ਸਭ ਤੋਂ ਪਹਿਲਾਂ ਤਾਂ ਜਿੱਦਾਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਹੱਸਣ ਖੇਡਣ ਮਨ ਕਾ ਚਾਓ ਵਾਹਿਗੁਰੂ ਜੇ ਤੁਸੀਂ ਹੱਸਦੇ ਆ ਅਤੇ ਨਾਲ ਖੇਡਦੇ ਆ ਨਾ ਹਾਂਜੀ ਅਤੇ ਤੁਹਾਨੂੰ ਸਿਹਤ ਤੁਹਾਡੀ ਖਰਾਬ ਹੋ ਹੀ ਨਹੀਂ ਸਕਦੀ ਜੀ ਅਤੇ ਮੈਂ ਸਕੂਲ ਟੀਚਰ ਸੀਗਾ ਸਕੂਲ ਦੇ ਵਿੱਚ ਮੈਂ ਜਿੰਨੇ ਕੁ ਸਟੂਡੈਂਟ ਮੈਂ ਜਲੰਧਰ ਦਾ ਜੀ ਜਲੰਧਰ 'ਚ ਸਪੋਰਟਸ ਕਾਲਜ ਸਾਡੇ ਬਿਲਕੁਲ ਨੇੜੇ ਆ ਮੇਰਾ ਖਿਆਲ ਨਹੀਂ ਤਾਂ ਘੱਟੋ ਘੱਟ 20 ਮਤਲਬ ਪੰਜਾਬੀ 'ਚ ਮੁੰਡੇ ਕਹਾਂਗੇ ਜਾਂ ਸਟੂਡੈਂਟ ਕਹਿ ਲਓ ਹਾਂਜੀ ਉੱਥੇ ਐਥਲੈਟਿਕਸ ਇਹ ਲੌਂਗ ਜੰਪ ਵਾਲੀਬਾਲ 'ਚ ਫੁੱਟਬਾਲ 'ਚ ਮੈਂ ਆਲਰਾਊਂਡਰ ਹਾਂ ਜੀ ਠੀਕ ਹੈ ਜੀ ਬਹੁਤ ਅੱਛੇ ਅਤੇ ਭੰਗੜੇ ਦਾ ਆਪਣੇ ਵੇਲੇ ਦਾ ਕੈਪਟਨ ਰਿਹਾ ਜੀ ਡਿਸਟ੍ਰਿਕਟ 'ਚ ਤੁਹਾਡਾ ਸਰੀਰ ਅਜੇ ਵੀ ਦੇਖ ਕੇ ਲੱਗਦਾ ਵੀ ਕਹਿ ਰਹੇ ਮੁੰਡਿਆਂ ਵਰਗੇ ਤੁਸੀਂ ਹੋ ਹਾਂਜੀ ਕੋਈ ਗੋਗੜ ਨਹੀਂ ਕੁਝ ਨਹੀਂ ਹਾਂਜੀ ਅਤੇ ਭੰਗੜੇ ਦੇ ਵੀ ਡਿਸਟ੍ਰਿਕਟ ਤੱਕ ਪਹੁੰਚੇ ਹੋਏ ਹਾਂ ਜੀ ਅਸੀਂ ਅੱਛਾ ਜੀ ਆਪਣੇ ਸਕੂਲ ਦੇ ਕੀ ਕੀਤਾ ਕਿ ਤੁਸੀਂ ਬਿਲਕੁਲ ਨਹੀਂ ਗੋਗੜ ਪਹਿਣ ਦਿੱਤੀ ਕੁਦਰਤ ਵੱਲੋਂ ਆ ਜੀ ਹੁਣ ਮਤਲਬ ਜਰੂਰ ਖਾਸ ਪਰਹੇਜ਼ ਤਾਂ ਨਹੀਂ ਰੱਖਿਆ ਨਹੀਂ ਪਰਹੇਜ਼ ਕੋਈ ਨਹੀਂ ਜੀ ਅੱਛਾ ਜੀ ਮਤਲਬ ਇਹ ਹੋਈ ਆ ਛਾਲਾ ਛੂਲਾ ਮਾਰਨੇ ਆ ਛੋਟੇ ਹੁੰਦੇ ਹੋ ਤੇ ਨਾ ਤੁਹਾਨੂੰ ਦੱਸਿਆ ਸੀਗਾ ਛੋਟੇ ਹੁੰਦੇ ਤੇ ਇਹੀ ਆ ਵੀ ਜਿੱਦਾਂ ਹੁਣ ਤੇ ਗੇਮਾਂ ਹੈ ਨੀ ਇੱਕ ਲੰਗੜੀ ਲੱਤ ਹੁੰਦੀ ਲੰਗੜੀ ਲੱਤ ਤੇ ਦੌੜਨਾ ਹਾਂਜੀ ਫਿਰ ਤਿੰਨ ਟੰਗੀ ਦੌੜ ਹੁੰਦੀ ਆ ਜੀ ਉਹ ਦੌੜਨਾ ਇਹ ਸਾਰੀਆਂ ਆਪ ਵੀ ਕੀਤੀਆਂ ਸਟੂਡੈਂਟ ਨਾਲ ਉਹਨਾਂ ਨੂੰ ਵੀ ਕਰਵਾਈ ਦੀਆਂ ਔਰ ਭੰਗੜਾ ਬੜੀ ਵੱਡੀ ਭੰਗੜੇ ਦਾ ਮੈਂ ਚੈਂਪੀਅਨ ਆ ਜੀ ਇਸ ਵੇਲੇ ਬਹੁਤ ਬਹੁਤ ਅਸੀਂ ਧੰਨਵਾਦ ਕਰੀਏ ਸਰਦਾਰ ਸਾਹਿਬ ਦਾ ਸਰਦਾਰ ਸਿੰਘ ਜੀ ਮੱਕੜ ਹੋਣਾ ਦਾ ਚੈਂਪੀਅਨ ਬਣ ਕੇ ਪਹੁੰਚੇ ਸਟੂਡੀਓ ਦੇ ਵਿੱਚ ਗੁਰਬਚਨ ਸਿੰਘ ਜੀ ਪੰਨੂ ਹੋਣਾ ਦਾ ਚੈਂਪੀਅਨ ਬਣ ਕੇ ਪਹੁੰਚੇ ਸਟੂਡੀਓ ਦੇ ਵਿੱਚ ਇਹਨਾਂ ਨੂੰ ਚੈਂਪੀਅਨਸ ਬਣਾ ਕੇ ਲੈ ਕੇ ਆਏ ਬੜੇ ਮਾਣ ਸਤਿਕਾਰ ਦੇ ਨਾਲ ਹਰਪਾਲ ਸਿੰਘ ਜੀ ਛੀਨਾ
ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਸ਼ੁਕਰੀਆ, ਬਹੁਤ ਬਹੁਤ। ਅਤੇ ਲਓ ਜੀ ਫਿਰ ਇਹ ਖਾਸ ਮੁਲਾਕਾਤ ਸੀ, ਅਸੀਂ ਤੁਹਾਨੂੰ ਦੱਸ ਦਈਏ ਜੀ ਕਿ ਨਿਊ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਇਹ ਮੁਲਾਕਾਤ ਪੇਸ਼ ਕੀਤੀ ਗਈ ਅਤੇ ਨਾਲ ਦੀ ਨਾਲ ਸਮੁੱਚਾ ਪ੍ਰੋਗਰਾਮ। ਨਿਊ ਸਿਲਵਰ ਸ਼ੋਪ ਜੋ ਕਿ ਉਹਨਾਂ ਨੇ ਖਾਸ ਤੌਰ 'ਤੇ ਵੈਸੇ ਹੈ ਤਾਂ ਉੱਥੇ ਕਾਫੀ ਕੁਝ, ਪਰ ਰਕਸ਼ਾ ਬੰਧਨ ਜੋ 15 ਅਗਸਤ ਨੂੰ ਆ ਰਿਹਾ ਰੱਖੜੀ ਦਾ ਤਿਉਹਾਰ, ਉਸ ਸਿਲਸਿਲੇ ਦੇ ਵਿੱਚ ਖਾਸ ਪ੍ਰਕਾਰ ਦੀਆਂ ਰੱਖੜੀਆਂ ਜੋ ਕਿਉਂਕਿ ਅੱਜ ਕੱਲ੍ਹ ਮੇਲ 'ਚ ਜਾਣੀਆਂ ਸ਼ੁਰੂ ਹੋ ਗਈਆਂ ਨੇ, ਜੇ ਤੁਸੀਂ ਭੇਜਣੀਆਂ ਨੇ ਕਿਤੇ, 15 ਅਗਸਤ ਨਜ਼ਦੀਕ ਆ ਰਹੀ ਹੈ, ਮਹੀਨਾ ਬਾਕੀ ਹੈ, ਦੂਰ ਦੁਰਾਡੇ ਜੇ ਮੇਲ ਦੇ ਵਿੱਚ ਦੇਸ਼ ਵਿਦੇਸ਼ਾਂ 'ਚ ਭੇਜਣੀ ਹੈ ਅਤੇ ਰੱਖੜੀ ਤੁਸੀਂ ਸਵੇਰੇ ਜਾ ਕੇ ਭਾਵੇਂ ਦੇਖ ਸਕਦੇ ਹੋ ਨਿਊ ਸਿਲਵਰ ਸ਼ੋਪ 'ਤੇ। ਅਤੇ ਨਿਊ ਸਿਲਵਰ ਸ਼ੋਪ ਦਾ ਅਸੀਂ ਤੁਹਾਨੂੰ ਟੈਲੀਫੋਨ ਨੰਬਰ ਦੇ ਦਿੰਦੇ ਹਾਂ, 905-700-9600। ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤਾ ਬਾਕੀ ਰਹਿ ਨਹੀਂ ਗਿਆ, ਅਸੀਂ ਪਿਛਲੇ ਹਫ਼ਤੇ ਇੱਕ ਸਵਾਲ ਪੇਸ਼ ਕੀਤਾ ਸੀ, ਅਸੀਂ ਕਿਉਂਕਿ ਵੀ ਹੁਣ ਪ੍ਰੋਗਰਾਮ ਦਾ ਸਮਾਂ ਇਹ ਬੜਾ ਮਹੱਤਵਪੂਰਨ ਜਿਹੜੀ ਗੱਲਬਾਤ ਵੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੀ ਹੈ, ਅਤੇ ਨਿਊ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਸਵਾਲ ਜੋ ਹੈ ਉਸ ਨੂੰ ਅਸੀਂ ਅਗਲੇ ਸੋਮਵਾਰ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਲੈ ਕੇ ਹਾਜ਼ਰ ਹੋਵਾਂਗੇ। ਅੱਜ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।